ਇਹ ਤਸਵੀਰਾਂ ਉਸ ਬਜ਼ੁਰਗ ਜੋੜੇ ਦੀਆਂ ਨੇ ਜਿਨ੍ਹਾਂ ਨੇ ਪਿਆਰ ਦੀ ਮਿਸਾਲ ਪੇਸ਼ ਕੀਤੀ ਹੈ। ਇਹਨਾਂ ਦੋਨਾਂ ਦੇ ਵਿੱਚ ਇਸ ਕਦਰ ਪਿਆਰ ਸੀ ਕਿ ਜਿਉਂਦੇ ਜੀ ਤਾਂ ਨਾਲ ਰਹੇ ਪਰ ਮਰਦੇ ਹੋਏ ਵੀ ਇੱਕ ਦੂਜੇ ਦਾ ਸਾਥ ਨਿਭਾ ਗਏ। ਇਹ ਪਤੀ ਪਤਨੀ ਨੇ ਜਿੱਥੇ ਪਤੀ ਦੀ ਦਿਲ ਦੀ ਧੜਕਣ ਰੁਕੀ ਤਾਂ ਪਤਨੀ ਨੇ ਵੀ ਕੁਝ ਘੰਟਿਆਂ ਬਾਅਦ ਹੀ ਆਪਣੇ ਪ੍ਰਾਣ ਤਿਆਗ ਦਿੱਤੇ। ਪਰਿਵਾਰ ਦੇ ਵੱਲੋਂ ਦੋਨਾਂ ਦਾ ਅੰਤਮ ਸੰਸਕਾਰ ਇਕੱਠਿਆਂ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 81 ਸਾਲ ਦੇ ਹਰਬੰਸ ਲਾਲ ਸੇਠੀ ਅਤੇ 79 ਸਾਲਾਂ ਦੀ ਉਹਨਾਂ ਦੀ ਧਰਮ ਪਤਨੀ ਕ੍ਰਿਸ਼ਨਾਵੰਤੀ, ਜਿਨ੍ਹਾਂ ਨੇ ਇਕੱਠਿਆਂ ਹੀ ਇੱਕੋ ਦਿਨ ਦੇ ਵਿੱਚ ਆਪਣੇ ਪ੍ਰਾਣ ਤਿਆਗ ਦਿੱਤੇ ਅਤੇ ਪਰਿਵਾਰ ਦੇ ਵੱਲੋਂ ਇਹਨਾਂ ਦੋਨਾਂ ਦਾ ਇਕੱਠਿਆਂ ਅੰਤਮ ਸੰਸਕਾਰ ਕੀਤਾ ਗਿਆ। ਇੱਕੋ ਹੀ ਘਰ ਦੇ ਵਿੱਚੋਂ ਦੋ ਅਰਥੀਆਂ ਉੱਠੀਆਂ ਤੇ ਇੱਕੋ ਹੀ ਚਿਖਾ ਦੇ ਉੱਤੇ ਦੋਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ। ਦਰਅਸਲ ਇਹ ਜੋੜਾ ਹਿਸਾਰ ਜ਼ਿਲ੍ਹੇ ਦੇ ਹਾਂਸੀ ਦਾ ਰਹਿਣ ਵਾਲਾ ਸੀ। ਰਾਮ ਲਾਲ ਕਲੋਨੀ ਵਿੱਚ ਰਹਿਣ ਵਾਲੇ 81 ਸਾਲਾ ਹਰਬੰਸ ਲਾਲ ਸੇਠੀ ਦੀ ਦਿਲ ਦੀ ਧੜਕਣ ਰੁਕਣ ਦੇ ਨਾਲ ਮੌਤ ਹੋ ਗਈ, ਜਿਸ ਤੋਂ ਕਰੀਬ 5 ਘੰਟਿਆਂ ਬਾਅਦ ਹੀ ਉਹਨਾਂ ਦੀ ਧਰਮ ਪਤਨੀ ਕ੍ਰਿਸ਼ਨਾਵੰਤੀ ਨੇ ਵੀ ਆਪਣਾ ਦਮ ਤੋੜ ਦਿੱਤਾ। ਇਹਨਾਂ ਦੇ ਬੱਚਿਆਂ ਨੇ ਦੱਸਿਆ ਹੈ ਕਿ ਦੋਨੋਂ ਹੀ ਸ਼ੁਰੂ ਤੋਂ ਹੀ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸਨ ਤੇ ਹਮੇਸ਼ਾ ਪਿਆਰ ਦੇ ਨਾਲ ਹੀ ਰਹਿੰਦੇ ਸਨ। ਹਰ ਦੁੱਖ ਤਕਲੀਫ ਇਹਨਾਂ ਦੋਨਾਂ ਨੇ ਇਕੱਠਿਆਂ ਹੀ ਝੇਲੀ ਹੈ। ਇਹਨਾਂ ਦੇ ਪਿਆਰ ਦੀ ਮਿਸਾਲ ਦਿੱਤੀ ਜਾਂਦੀ ਸੀ ਤਾਂ ਹੁਣ ਇਹ ਸੱਚਮੁੱਚ ਹੀ ਇੱਕ ਮਿਸਾਲ ਬਣ ਗਏ ਨੇ, ਕਿਉਂਕਿ ਜਿਉਂਦੇ ਜੀ ਇੱਕ ਦੂਜੇ ਦਾ ਸਾਥ ਨਿਭਾਉਂਦਿਆਂ ਮਰਨ ਤੱਕ ਉਹਨਾਂ ਨੇ ਇੱਕ ਦੂਜੇ ਦਾ ਸਾਥ ਨਹੀਂ ਛੱਡਿਆ। ਬੱਚਿਆਂ ਨੇ ਦੱਸਿਆ ਹੈ ਕਿ ਜਦੋਂ ਪਿਤਾ ਦੀ ਮੌਤ ਤੋਂ ਬਾਅਦ ਉਹਨਾਂ ਦੇ ਅੰਤਮ ਸੰਸਕਾਰ ਦੀ ਤਿਆਰੀ ਕੀਤੀ ਜਾ ਰਹੀ ਸੀ ਤਾਂ ਇਸੇ ਦੌਰਾਨ ਕੁਝ ਘੰਟਿਆਂ ਬਾਅਦ ਹੀ ਉਹਨਾਂ ਦੀ ਮਾਤਾ ਦਾ ਵੀ ਦੇਹਾਂਤ ਹੋ ਗਿਆ। ਉਹਨਾਂ ਨੇ ਵੀ ਪ੍ਰਾਣ ਤਿਆਗ ਦਿੱਤੇ। ਬੱਚਿਆਂ ਦਾ ਰੋ ਰੋ ਬੁਰਾ ਹਾਲ ਹੈ ਕਿ ਇੱਕੋ ਵਾਰ ਦੇ ਵਿੱਚ ਉਹਨਾਂ ਦੇ ਸਿਰ ਤੋਂ ਮਾਪਿਆਂ ਦਾ ਸਾਇਆ ਉੱਠ ਗਿਆ ਤੇ ਦੂਜੇ ਪਾਸੇ ਇਸ ਜੋੜੇ ਦੇ ਪਿਆਰ ਦੀ ਹਰ ਕੋਈ ਮਿਸਾਲ ਦੇ ਰਿਹਾ ਹੈ। ਜੋ ਜਿਉਂਦੇ ਜੀ ਵੀ ਨਾਲ ਰਹੇ ਤੇ ਮਰਦਿਆਂ ਵੀ ਇਕੱਠਿਆਂ ਨੇ ਅੰਤਮ ਯਾਤਰਾ ਕੀਤੀ ਤੇ ਇਕੱਠਿਆਂ ਦਾ ਅੰਤਮ ਸੰਸਕਾਰ ਵੀ ਹੋਇਆ। ਇਹ ਤਸਵੀਰਾਂ ਉਸ ਬਜ਼ੁਰਗ ਜੋੜੇ ਦੀਆਂ ਨੇ ਜਿਨ੍ਹਾਂ ਨੇ ਪਿਆਰ ਦੀ ਮਿਸਾਲ ਪੇਸ਼ ਕੀਤੀ ਹੈ। ਇਹਨਾਂ ਦੋਨਾਂ ਦੇ ਵਿੱਚ ਇਸ ਕਦਰ ਪਿਆਰ ਸੀ ਕਿ ਜਿਉਂਦੇ ਜੀ ਤਾਂ ਨਾਲ ਰਹੇ ਪਰ ਮਰਦੇ ਹੋਏ ਵੀ ਇੱਕ ਦੂਜੇ ਦਾ ਸਾਥ ਨਿਭਾ ਗਏ। ਇਹ ਪਤੀ ਪਤਨੀ ਨੇ ਜਿੱਥੇ ਪਤੀ ਦੀ ਦਿਲ ਦੀ ਧੜਕਣ ਰੁਕੀ ਤਾਂ ਪਤਨੀ ਨੇ ਵੀ ਕੁਝ ਘੰਟਿਆਂ ਬਾਅਦ ਹੀ ਆਪਣੇ ਪ੍ਰਾਣ ਤਿਆਗ ਦਿੱਤੇ। ਪਰਿਵਾਰ ਦੇ ਵੱਲੋਂ ਦੋਨਾਂ ਦਾ ਅੰਤਮ ਸੰਸਕਾਰ ਇਕੱਠਿਆਂ ਹੀ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 81 ਸਾਲ ਦੇ ਹਰਬੰਸ ਲਾਲ ਸੇਠੀ ਅਤੇ 79 ਸਾਲਾਂ ਦੀ ਉਹਨਾਂ ਦੀ ਧਰਮ ਪਤਨੀ ਕ੍ਰਿਸ਼ਨਾਵੰਤੀ, ਜਿਨ੍ਹਾਂ ਨੇ ਇਕੱਠਿਆਂ ਹੀ ਇੱਕੋ ਦਿਨ ਦੇ ਵਿੱਚ ਆਪਣੇ ਪ੍ਰਾਣ ਤਿਆਗ ਦਿੱਤੇ ਅਤੇ ਪਰਿਵਾਰ ਦੇ ਵੱਲੋਂ ਇਹਨਾਂ ਦੋਨਾਂ ਦਾ ਇਕੱਠਿਆਂ ਅੰਤਮ ਸੰਸਕਾਰ ਕੀਤਾ ਗਿਆ। ਇੱਕੋ ਹੀ ਘਰ ਦੇ ਵਿੱਚੋਂ ਦੋ ਅਰਥੀਆਂ ਉੱਠੀਆਂ ਤੇ ਇੱਕੋ ਹੀ ਚਿਖਾ ਦੇ ਉੱਤੇ ਦੋਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ। ਦਰਅਸਲ ਇਹ ਜੋੜਾ ਹਿਸਾਰ ਜ਼ਿਲ੍ਹੇ ਦੇ ਹਾਂਸੀ ਦਾ ਰਹਿਣ ਵਾਲਾ ਸੀ। ਰਾਮ ਲਾਲ ਕਲੋਨੀ ਵਿੱਚ ਰਹਿਣ ਵਾਲੇ 81 ਸਾਲਾ ਹਰਬੰਸ ਲਾਲ ਸੇਠੀ ਦੀ ਦਿਲ ਦੀ ਧੜਕਣ ਰੁਕਣ ਦੇ ਨਾਲ ਮੌਤ ਹੋ ਗਈ, ਜਿਸ ਤੋਂ ਕਰੀਬ 5 ਘੰਟਿਆਂ ਬਾਅਦ ਹੀ ਉਹਨਾਂ ਦੀ ਧਰਮ ਪਤਨੀ ਕ੍ਰਿਸ਼ਨਾਵੰਤੀ ਨੇ ਵੀ ਆਪਣਾ ਦਮ ਤੋੜ ਦਿੱਤਾ। ਇਹਨਾਂ ਦੇ ਬੱਚਿਆਂ ਨੇ ਦੱਸਿਆ ਹੈ ਕਿ ਦੋਨੋਂ ਹੀ ਸ਼ੁਰੂ ਤੋਂ ਹੀ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸਨ ਤੇ ਹਮੇਸ਼ਾ ਪਿਆਰ ਦੇ ਨਾਲ ਹੀ ਰਹਿੰਦੇ ਸਨ। ਹਰ ਦੁੱਖ ਤਕਲੀਫ ਇਹਨਾਂ ਦੋਨਾਂ ਨੇ ਇਕੱਠਿਆਂ ਹੀ ਝੇਲੀ ਹੈ। ਇਹਨਾਂ ਦੇ ਪਿਆਰ ਦੀ ਮਿਸਾਲ ਦਿੱਤੀ ਜਾਂਦੀ ਸੀ ਤਾਂ ਹੁਣ ਇਹ ਸੱਚਮੁੱਚ ਹੀ ਇੱਕ ਮਿਸਾਲ ਬਣ ਗਏ ਨੇ, ਕਿਉਂਕਿ ਜਿਉਂਦੇ ਜੀ ਇੱਕ ਦੂਜੇ ਦਾ ਸਾਥ ਨਿਭਾਉਂਦਿਆਂ ਮਰਨ ਤੱਕ ਉਹਨਾਂ ਨੇ ਇੱਕ ਦੂਜੇ ਦਾ ਸਾਥ ਨਹੀਂ ਛੱਡਿਆ। ਬੱਚਿਆਂ ਨੇ ਦੱਸਿਆ ਹੈ ਕਿ ਜਦੋਂ ਪਿਤਾ ਦੀ ਮੌਤ ਤੋਂ ਬਾਅਦ ਉਹਨਾਂ ਦੇ ਅੰਤਮ ਸੰਸਕਾਰ ਦੀ ਤਿਆਰੀ ਕੀਤੀ ਜਾ ਰਹੀ ਸੀ ਤਾਂ ਇਸੇ ਦੌਰਾਨ ਕੁਝ ਘੰਟਿਆਂ ਬਾਅਦ ਹੀ ਉਹਨਾਂ ਦੀ ਮਾਤਾ ਦਾ ਵੀ ਦੇਹਾਂਤ ਹੋ ਗਿਆ। ਉਹਨਾਂ ਨੇ ਵੀ ਪ੍ਰਾਣ ਤਿਆਗ ਦਿੱਤੇ। ਬੱਚਿਆਂ ਦਾ ਰੋ ਰੋ ਬੁਰਾ ਹਾਲ ਹੈ ਕਿ ਇੱਕੋ ਵਾਰ ਦੇ ਵਿੱਚ ਉਹਨਾਂ ਦੇ ਸਿਰ ਤੋਂ ਮਾਪਿਆਂ ਦਾ ਸਾਇਆ ਉੱਠ ਗਿਆ ਤੇ ਦੂਜੇ ਪਾਸੇ ਇਸ ਜੋੜੇ ਦੇ ਪਿਆਰ ਦੀ ਹਰ ਕੋਈ ਮਿਸਾਲ ਦੇ ਰਿਹਾ ਹੈ। ਜੋ ਜਿਉਂਦੇ ਜੀ ਵੀ ਨਾਲ ਰਹੇ
ਤੇ ਮਰਦਿਆਂ ਵੀ ਇਕੱਠਿਆਂ ਨੇ ਅੰਤਮ ਯਾਤਰਾ ਕੀਤੀ ਤੇ ਇਕੱਠਿਆਂ ਦਾ ਅੰਤਮ ਸੰਸਕਾਰ ਵੀ ਹੋਇਆ।